साढ़े को भी अलग अलग बर्गर ने जिदे को पंजाबी स्टाइल के जो आप गल करिए अपने को नूडल बर्गर है, मखनी पनीर बर्गर है, तो फिर एक इंडियन स्ट्रीट वेजी है। ਕਿਉਂ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਮਿੱਤਰ ਪਿਆਰਿਆਂ ਨੂੰ। ਅੱਜ ਅਸੀਂ ਬਿਲਕੁਲ ਨਵੇਂ ਨਕੋਰ ਟਿਕਾਣੇ 'ਤੇ ਪਹੁੰਚੇ ਹਾਂ। ਦੱਸਣਾ ਚਾਹਾਂਗੇ ਕਿ ਖਾਸ ਤੌਰ 'ਤੇ ਜਦੋਂ ਗੱਲਾਂ ਚੱਲਦੀਆਂ ਪੰਜਾਬੀ ਸਟਾਈਲ ਬਰਗਰਸ ਦੀਆਂ, ਤਾਂ 4 ਵਜੇ ਵਾਲੀ ਚਾਹ ਦੇ ਨਾਲ ਸਾਡੇ ਬਹੁਤ ਸਾਰੇ ਮਿੱਤਰਾਂ ਨੂੰ ਸ਼ੌਂਕ ਹੁੰਦਾ, ਜਿਵੇਂ ਇੰਡੀਆ 'ਚ ਆਪਾਂ ਕਦੇ ਸਮੋਸੇ, ਮਟਰੀ ਜਾਂ ਬੇਸਣ ਭਾਲੀ ਦਾ, ਇੱਥੇ ਪੰਜਾਬੀਆਂ ਦੀ ਹੱਟੀ ਦੇ ਵਿੱਚ ਤੁਹਾਨੂੰ ਬਰਗਰ ਮਿਲਦੇ ਆ। ਔਰ ਉਸ ਬਰਗਰ ਦੇ ਵਿੱਚ ਪੰਜਾਬੀ ਸਟਾਈਲ ਦਾ ਹੀ ਮੱਖਣ, ਚਾਹੇ ਪੰਜਾਬੀ ਸਟਾਈਲ ਦੇ ਹੀ ਸਨੈਕਸ ਜਿਹੜੇ ਨੇ ਉਹਨਾਂ ਦੇ ਇਸਤੇਮਾਲ ਨੂੰ, ਖਾਸ ਤੌਰ 'ਤੇ ਨਿਊਜ਼ੀਲੈਂਡ ਦੇ ਜਿਹੜੇ ਐਥਿਕਸ ਨੇ, ਨਿਊਜ਼ੀਲੈਂਡ ਦਾ ਜਿਹੜਾ ਹੈਲਥ ਐਂਡ ਸੇਫਟੀ ਮੈਜਰਮੈਂਟਸ ਨੇ ਉਹਦੇ ਮੁਤਾਬਕ ਬਣਾਇਆ ਜਾਂਦਾ। ਬਹੁਤ ਹਾਈਜੈਨਿਕ ਤਰੀਕੇ ਦੇ ਨਾਲ ਉਸਦੀ ਪ੍ਰੈਪਰੇਸ਼ਨ ਹੁੰਦੀ ਹੈ, ਉਹਦੀ ਕੁਕਿੰਗ ਜਿਹੜੀ ਹੈ ਤੁਸੀਂ ਅਲੱਗ ਅਲੱਗ ਤਰੀਕੇ ਦੇ ਨਾਲ ਰੇਡੀਓ ਸਪਾਈਸ ਫੇਸਬੁੱਕ ਪੇਜ ਉੱਤੇ ਅੱਗੇ ਜਾ ਕੇ ਦੇਖੋਗੇ। ਇਹਨਾਂ ਦੀ ਮਾਰਕੀਟ ਸਟਰੀਟ ਪੁਕੀਨੋ ਦੇ ਵਿੱਚ ਪਹਿਲਾਂ ਹੱਟੀ ਸੀ ਬਰਗਰ ਜੰਕਸ਼ਨ ਦੇ ਨਾਂ ਹੇਠਾਂ, ਸੋ ਉਸਦੀ ਨਵੀਂ ਬ੍ਰਾਂਚ ਜਿਹੜੀ ਹੈ ਫਲੈਟਬਰਸ਼ ਦੇ ਵਿੱਚ ਨੰਬਰ 1 ਐਰਨਮੋਰ ਸਟਰੀਟ ਫਲੈਟਬਰਸ਼ ਸਕੂਲ ਰੋਡ ਤੋਂ ਆਫ ਹੁੰਦੀ ਜੇ, ਉੱਥੇ ਤੁਸੀਂ ਆ ਕੇ ਇਹਨਾਂ ਬਰਗਰਸ ਦਾ ਸਵਾਦ ਮਾਣ ਸਕਦੇ ਹੋ। ਔਫਰ ਗੱਲਾਂ ਕਰਦੇ ਹਾਂ ਗੁਰਦੀਪ ਅਤੇ ਗੁਰਜੀਤ ਦੇ ਨਾਲ। ਤਬਦੀਲੀ ਸਮੇਂ ਦਾ ਨਿਯਮ ਹੈ, ਇਸੇ ਤਰ੍ਹਾਂ ਪੰਜਾਬੀਆਂ ਦੇ ਖਾਣੇ, ਦਾਣੇ ਅਤੇ ਗਾਣੇ ਇਹ ਵੀ ਬਦਲ ਗਏ। ਇੱਕ ਸਮਾਂ ਸੀ ਜਦੋਂ ਗੁਰਦੀਪ ਸਿੰਘ ਟਿਊਸ਼ਨ ਪੜ੍ਹਨ ਜਾਂਦਾ ਘਰੋਂ, ਅਤੇ ਰਾਜ ਰੇਹੜੀ 'ਤੇ ਖੜ੍ਹ ਕੇ ਨੂਡਲ ਵਾਲਾ ਬਰਗਰ ਖਾਂਦਾ, ਲੇਕਿਨ ਅੱਜ ਹੁਣ ਬਰਗਰ ਆਪ ਬਣਾਉਣ ਯੋਗਿਆ ਹੋ ਗਿਆ। ਅਤੇ ਇੰਡੀਅਨ ਸਟਾਈਲ ਜਾਂ ਪੰਜਾਬੀ ਸਵਾਦ ਦੇ ਬਰਗਰ ਬਣਾਉਣ ਦਾ ਇਹ ਝੱਸ ਜਿਹੜਾ, ਇਹ ਕਦੋਂ ਤੋਂ ਗੁਰਦੀਪ ਦੇ ਸਿਰ 'ਤੇ ਸਵਾਰ ਹੋਇਆ, ਅਤੇ ਕਿਵੇਂ ਫਿਰ ਇਹ ਹੱਟੀਆਂ ਖੁੱਲ੍ਹੀਆਂ, ਅਤੇ ਕਿਵੇਂ ਫਿਰ ਫਲੈਟਬਰਸ਼ ਦੇ ਵਿੱਚ ਆ ਕੇ ਇਹਨਾਂ ਨੇ ਡੇਰੇ ਲਾਏ, ਇਹਨਾਂ ਦੇ ਨਾਲ ਗੱਲ ਕਰਦੇ ਹਾਂ ਗੁਰਦੀਪ ਸਿੰਘ ਹੁਣਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਰੇਡੀਓ ਸਪਾਈਸ ਦਾ ਅਤੇ ਸਾਰੀ ਟੀਮ ਦਾ, ਜਿਹੜੇ ਅੱਜ ਸਾਡੇ ਛੋਟੇ ਜਿਹੇ ਦੁਕਾਨ 'ਤੇ ਆਏ ਆ ਸਾਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ। ਇਹ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਅਤੇ ਸਫ਼ਰ ਸਾਡਾ ਕੋਈ ਬਹੁਤਾ ਲੰਬਾ ਨਹੀਂ ਹੈਗਾ ਹਜੇ, ਅਤੇ ਕਹੀਏ ਤਾਂ ਅਸੀਂ ਸ਼ੁਰੂਆਤ 2021 ਦੇ ਵਿੱਚ ਕੀਤੀ ਸੀਗੀ, ਜਦੋਂ ਅਸੀਂ ਛੋਟੇ ਜਿਹੇ ਕਸਬੇ ਪੋਗਨੋ ਜਿਹੜਾ ਕਿ ਵਾਈਕਾਟੋ ਰੀਜਨ 'ਚ ਪੈਂਦਾ ਆ ਉੱਥੇ ਅਸੀਂ ਮੂਵ ਹੋਏ ਸੀਗੇ। ਅਤੇ ਅਸੀਂ ਇੱਕ ਆਪਣਾ ਕੋਈ ਕੰਮ ਕਰਨਾ ਚਾਹੁੰਦੇ ਸੀਗੇ, ਅਤੇ ਜਿਹੜਾ ਕਿ ਮੇਰੀ ਵਾਈਫ ਨੇ ਸਟਾਰਟ ਕੀਤਾ, ਗੁਰਜੀਤ ਨੇ, ਅਤੇ ਅਸੀਂ ਫੂਡ ਟ੍ਰੇਲਰ ਤੋਂ ਕੰਮ ਸਟਾਰਟ ਕੀਤਾ, ਅਤੇ ਜਿਹਦੇ ਵਿੱਚ ਅਸੀਂ 5-7 ਬਰਗਰ ਬਣਾਉਂਦੇ ਹੁੰਦੇ ਸੀ ਸ਼ਾਮ ਨੂੰ ਲਾ ਲੈਣਾ, ਅਤੇ ਕੁਛ ਕੁ ਲੋਕ ਆਉਂਦੇ ਹੁੰਦੇ ਸੀ। ਬਟ ਅਸੀਂ ਸਾਡਾ ਪਹਿਲਾਂ ਤੋਂ ਇਹ ਰਿਹਾ ਨਿਯਮ ਕਿ ਆਪਾਂ ਕੁਆਲਿਟੀ ਅਤੇ ਕੁਆਂਟਿਟੀ ਦੋਵਾਂ ਨੂੰ ਮਿਲਾ ਕੇ ਇਕੱਠੇ ਚੱਲਣਾ, ਨਾ ਕਿ ਇੱਕ, ਕਿਉਂਕਿ ਨੋਰਮਲੀ ਅਸੀਂ ਕੀ ਦੇਖਦੇ ਹਾਂ, ਜਾਂ ਤਾਂ ਸਾਨੂੰ ਕੁਆਲਿਟੀ ਮਿਲਦੀ ਆ ਜਾਂ ਕੁਆਂਟਿਟੀ ਮਿਲਦੀ ਆ। ਪਰ ਅਸੀਂ ਸੋਚਿਆ ਕਿ ਅਸੀਂ ਦੋਵੇਂ ਚੀਜ਼ਾਂ ਕਰਾਂਗੇ, ਪੂਰੀ ਕੋਸ਼ਿਸ਼ ਕਰਾਂਗੇ, ਅਤੇ ਹੁਣ ਤੱਕ ਕਰਦੇ ਆ ਰਹੇ ਹਾਂ। ਹੋਪਫੁਲੀ ਜੇ ਮਿਲ ਰਹੀ ਕਸਟਮਰਸ ਦੀ ਤਾਂ ਆਪਾਂ ਅੱਗੇ ਵੀ ਕੰਟੀਨਿਊ ਕਰਾਂਗੇ। ਅਤੇ ਸ਼ੁਰੂਆਤੀ ਦਿਨਾਂ 'ਚ ਅਸੀਂ ਟ੍ਰੇਲਰ 'ਤੇ ਕੰਮ ਕਰਦੇ ਹੁੰਦੇ ਸੀ, ਅਤੇ ਸ਼ਾਮ ਨੂੰ ਕਰ ਲੈਣਾ, ਫਿਰ ਜੋਬ ਵੀ ਕਰਨੀ ਨਾਲ, ਥੋੜ੍ਹਾ ਹਾਰਡ ਸੀਗਾ। ਬਟ ਐਵੇਂ ਕਹੀਏ ਜੇ ਪੱਕੀ ਵੀ ਬਹੁਤ ਵੱਡਾ ਸਟਰਗਲ ਸੀ ਤਾਂ ਨਹੀਂ, ਠੀਕ ਹੈ, ਟਾਈਮ ਦੇ ਨਾਲ ਹਲੇ ਹੈਗੇ ਜਵਾਨੀ ਹਲੇ ਚੜ੍ਹਦੇ ਅਤੇ ਇੰਨਾ ਮਹਿਸੂਸ ਨਹੀਂ ਕੀਤਾ ਸੀ। ਅਤੇ ਸੁਣ ਉਸ ਤੋਂ ਬਾਅਦ ਸਾਨੂੰ 8 ਕੁ ਮਹੀਨਿਆਂ ਤੋਂ ਬਾਅਦ ਹੀ ਪੋਕਿਨੋ ਦੇ ਵਿੱਚ ਹੀ ਸਾਨੂੰ ਇੱਕ ਸਟੋਰ ਮਿਲਿਆ ਜਿਹੜਾ ਅਸੀਂ ਲਿਆ, ਅਤੇ ਉੱਥੇ ਅਸੀਂ ਸ਼ੌਪ ਖੋਲ੍ਹੀ, ਅਤੇ ਉਹਦੇ ਵਿੱਚ ਅਸੀਂ ਫਿਰ ਹੋਰ ਬਰਗਰਸ ਐਡ ਕੀਤੇ, ਜਿੱਥੇ ਅਸੀਂ ਨੂਡਲ ਬਰਗਰ ਦੀ ਸ਼ੁਰੂਆਤ ਕੀਤੀ। ਅਤੇ ਜਿੰਨੇ ਵੀ ਅਸੀਂ ਬਰਗਰ ਬਣਾਉਂਦੇ ਹਾਂ ਉਹ ਸਾਰੇ ਦੀ ਸਾਰੀ ਰੈਸਪੀ ਆ ਜਿਹੜੀ ਉਹ ਮੇਰੀ ਵਾਈਫ ਦੀ ਆ, ਅਤੇ ਉਹਨੇ ਹੀ ਤਿਆਰ ਕੀਤੀ ਆ, ਅਤੇ ਮੈਂ ਐਜ਼ ਅ ਟੈਸਟਰ ਕੰਮ ਕੀਤਾ ਕਿ ਖਾ ਕੇ ਸਵਾਦ ਦੱਸਣਾ ਕਿ ਵੈਜੀਟੇਰੀਅਨ ਵੀ, ਨੋਨ ਵੈਜ ਵੀ, ਅਤੇ ਕਿਉਂਕਿ ਮੈਂ ਖਾਣ ਦਾ ਸ਼ੌਕੀਨ ਹਾਂ ਪਹਿਲਾਂ ਤੋਂ, ਅਤੇ ਆਪਾਂ ਦੇਖ ਲਾਂ ਕਿ ਕਿਹਦੇ 'ਚ ਆਪਾਂ ਕੀ ਕਮੀ ਹੈ ਜਾਂ ਕੁਛ ਐਡ ਕਰ ਸਕਦੇ ਹਾਂ ਜਾਂ ਨਹੀਂ, ਹੈ ਨਾ। ਇਸ ਤਰ੍ਹਾਂ ਆਪਾਂ ਸਾਰੀ ਰੈਸਪੀ ਤਿਆਰ ਕੀਤੀ, ਅਤੇ ਹੁਣ ਸਾਡੇ ਕੋਲ 20 ਅਲੱਗ ਅਲੱਗ ਬਰਗਰ ਨੇ ਜਿਹਦੇ ਵਿੱਚ ਸਾਡੇ ਕੋਲ ਪੰਜਾਬੀ ਸਟਾਈਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਨੂਡਲ ਬਰਗਰ ਹੈ, ਮੱਖਣੀ ਪਨੀਰ ਬਰਗਰ ਹੈ, ਅਤੇ ਫਿਰ ਇੱਕ ਇੰਡੀਅਨ ਸਟਰੀਟ ਵੈਜੀ ਹੈ, ਅਤੇ ਇੱਕ ਸਵੀਟ ਐਂਡ ਸਪਾਈਸੀ ਜਿਹੜਾ ਬਰਗਰ ਹੈ ਉਹ ਥੋੜ੍ਹਾ ਜ਼ਿਆਦਾ ਸਪਾਈਸੀ ਜਿਹੜੇ ਖਾਣ ਦੇ ਸ਼ੌਕੀਨ ਨੇ, ਤੇਜ਼ ਮਿਰਚ ਵਾਲੇ, ਉਹਨਾਂ ਲਈ ਹੈ, ਅਤੇ ਉਹਦੇ ਸਵੀਟ ਐਂਡ ਸਪਾਈਸੀ ਹੈ, ਸੋ ਖੱਟਾ ਮਿੱਠਾ ਟੇਸਟ ਹੈ, ਬਹੁਤ ਵਧੀਆ ਹੈ। ਅਤੇ ਪਲੱਸ ਇਸ ਤੋਂ ਇਲਾਵਾ ਸਾਡੇ ਕੋਲ ਨੋਨ ਵੈਜ ਦੇ ਵਿੱਚ ਵੀ ਚਿਕਨ ਬਰਗਰਸ ਨੇ, ਬੀਫ ਬਰਗਰਸ ਨੇ, ਜਿਹੜਾ ਥੋੜ੍ਹਾ ਇੰਡੀਅਨ ਫਿਊਜ਼ਨ ਕਹਿ ਸਕਦੇ ਹਾਂ ਆਪਾਂ ਕਿ ਉਹਦੇ ਵਿੱਚ ਪਾਇਆ ਹੋਇਆ, ਅਤੇ ਬਹੁਤ ਹੀ ਵੱਖ ਵੱਖ ਟੇਸਟ ਨੇ, ਅਤੇ ਫਲੇਵਰ ਫੁੱਲ ਆਫ ਫਲੇਵਰ ਫੂਡ ਹੈ ਸਾਡੇ ਕੋਲ, ਅਤੇ ਜੇ ਤੁਸੀਂ ਟਰਾਈ ਕਰੋ, ਆਪਸ਼ਨਸ ਦੀ ਕੋਈ ਕਮੀ ਨਹੀਂ ਹੈ।
सो बी बर्गर ने साडे को हर एक दी पसंद दी दाल असी बना सकते हैं। जे थानू उस तो भी अलग कुछ चाहिए आ तुसी अपना दस सकते हैं, असी उस तरह का भी बर्गर तैयार कर सकते हैं थोड़े लिए। क्या बात है, जिवें पहला मैं जिक्र किया कि चाह दे नाल शाम नू 4 बजे दिल करदा मल्लू मल्ली कुछ खाण नू, काम तो तुसी आए आ, तुसी ऑनलाइन ऑर्डर कर सकते हो। तो जिन्हां भी फैसिलिटीज़ इस मुल्क दे विच मौजूद ने उन्होंने फैसिलिटीज़ के मुताबिक इतों की हाइजीनिक सलीके तरीके का इस्तेमाल करते हैं। बर्गर जंक्शन जिहड़े ने थोड़ी सेवा दे विच सारे प्रोडक्ट हाजिर कर रहे हैं। मैं भी याद करा दें कि वैजीटेरियन अते नॉन वैजीटेरियन बर्गर के वास्ते कुकिंग जी सैपरेट की जाती है, जिहड़ा कि पंजाबी भाईचारे वास्ते अक्सर एक कंसर्न हुंदा। सो उम्मीद करते हैं कि तुसी साढ़े इन्हां मित्रां नूं अपना सहयोग जरूर दोगे, क्योंकि साढ़े रेडियो स्पाइस के कारोबारी सहयोगी ने। आखिर दे विच इन्हां दी टीम वल्लों इन्हां दे बिहाफ ते नवें साल दीआं तुहानूं सारिआं नूं बहुत बहुत मुबारकां।